ਪੰਜਾਬ ਦੀ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਦੀਆਂ ਸਿਹਤ ਸੰਬੰਧੀ ਮੁਸ਼ਕਲਾਂ ਦਾ ਹੱਲ ਕਰਨ ਲਈ ਉਪਰਾਲੇ ਕਰੇਗੀ। ਪਰਨੀਤ ਕੌਰ ਨੇ ਪਟਿਆਲਾ ਰਾਜਪੁਰਾ ਰੋਡ ਤੇ ਸਥਿਤ ਜਗਦੀਸ਼ ਕਲੋਨੀ ਵਿਖੇ ਮਾਤਾ ਕੌਸ਼ਲਿਆ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਨੌਜਵਾਨ ਸੰਗਠਨ ਸੇਵਾ ਸਮਿਤੀ ਵੱਲੋਂ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦਾ ਸ਼ਿਰਕਤ ਕੀਤੀ। ਇਸ ਕੈਂਪ ਦੌਰਾਨ ਮਰੀਜ਼ਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਪਰਨੀਤ ਕੌਰ ਨੇ ਇਸ ਮੌਕੇ ਬੀਤੇ ਦਿਨੀ ਰਾਜਪੁਰਾ ਫੂਲ ਵਿਚ ਬੱਸ ਨੂੰ ਅੱਗ ਲੱਗਣ ਦੀ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਬਹੁਤ ਇੱਕ ਵੱਡੀ ਸਹੂਲਤ ਹੈ ਜਿਹੜੇ ਲੋਕਲ ਰੈਜੀਡੈਂਟਸ ਨੇ ਜੋ ਕਾਂਟ ਅਫੋਰਡ ਕਿ ਅਸੀਂ ਜਾਣ ਔਰ ਉਹਨਾਂ ਦੇ ਡੋਰ ਸਟੈਪ 'ਤੇ ਇਹੋ ਜਿਹੀ ਫੈਸਿਲਿਟੀ ਆਏ ਤਾਂ ਮੇਰੇ ਖਿਆਲ 'ਚ ਇਹ ਵਧਾਈ ਦੇ ਪਾਤਰ ਨੇ। ਕੁਛ ਦਵਾਈਆਂ ਹਾਂਜੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਜਿਨ੍ਹਾਂ ਦੇ ਓਪਰੇਸ਼ਨ ਹੋਣੇ ਹੋਣਗੇ ਉਹ ਵੀ ਇਹ ਲਿਸਟ ਬਣਾ ਕੇ ਕਰਵਾਉਣਗੇ ਮਾਤਾ ਕੌਸ਼ਲਿਆ ਤੋਂ। ਬਹੁਤ ਦੁੱਖ ਹੋਇਆ ਔਰ ਜਿਹੜੇ ਜਿਹੜੇ ਚਾਰ ਬੰਦੇ ਵਿਅਕਤੀ ਉਹਦੇ ਵਿੱਚ ਤਿੰਨ ਕੈਜੁਅਲਟੀਜ਼ ਜਿਹੜੀਆਂ ਹੋਈਆਂ ਨੇ ਉਹਨਾਂ ਦੀ ਫੈਮਿਲੀਜ਼ ਦੇ ਨਾਲ ਮੇਰੀ ਦਿਲ ਤੋਂ ਗਹਿਰਾਈਆਂ ਤੋਂ ਅਫਸੋਸ।